ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸ਼ਗਨ ਟਰੱਸਟ ਲਾਈਨ ਤੋਂ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕੈਨੇਡਾ ਦੇ ਵਿਜ਼ਟਰ ਵੀਜ਼ੇ ਬਾਰੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੀ ਕੰਪਨੀ ਹੈ ਜਿਹੜੀ ਉਹ ਡੇਲੀ ਵਿਜ਼ਟਰ ਵੀਜ਼ੇ ਲਵਾ ਕੇ ਦੇ ਰਹੀ ਹੈ ਅਤੇ ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੀ ਹੈ ਅੱਜ ਸਾਡੇ ਕੋਲ ਇੱਕ ਹੋਰ ਨਵਾਂ ਪਾਸਪੋਰਟ ਹੈ ਜਿਹੜਾ ਉਹ ਰਿਸੀਵ ਹੋਇਆ ਸੀਗਾ ਬੀਰਭਾਨ ਨਾਮ ਹੈ ਜੀ ਇਹਨਾਂ ਦਾ 32 ਸਾਲ ਏਜ ਹੈ ਇਹਨਾਂ ਦੀ ਸੋ ਇਹਨਾਂ ਦਾ ਜਿਹੜਾ ਕੀ ਹੈ ਵਿਜ਼ਟਰ ਵੀਜ਼ਾ ਲੱਗ ਕੇ ਆਇਆ ਕੋਈ ਇਹਨਾਂ ਦੀ ਟਰੈਵਲ ਹਿਸਟਰੀ ਨਹੀਂ ਸੀ ਬਿਲਕੁਲ ਫਰੈਸ਼ ਪਾਸਪੋਰਟ ਹੈ ਅਸੀਂ ਸਿਰਫ ਅੰਬੈਸੀ ਫੀਸ ਇਹਨਾਂ ਤੋਂ ਪਹਿਲਾਂ ਲਈ ਸੀ ਬਾਕੀ ਸਾਰੇ ਪੈਸੇ ਨੇ ਜਿਹੜੇ ਉਹ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਹਾਂ ਜੇਕਰ ਤੁਸੀਂ ਵੀ ਆਪਣਾ ਵੀਜ਼ਾ ਸਾਡੀ ਕੰਪਨੀ ਤੋਂ ਲਗਵਾਉਂਦੇ ਹੋ ਤਾਂ ਅਸੀਂ ਸਿਰਫ ਤੁਹਾਡੀ ਪਹਿਲਾਂ ਅੰਬੈਸੀ ਫੀਸ ਲਵਾਂਗੇ ਹੋਰ ਕੋਈ ਵੀ ਐਕਸਟਰਾ ਚਾਰਜਸ ਨਹੀਂ ਲਵਾਂਗੇ ਹੁਣ ਕੀ ਚੱਲ ਰਿਹਾ ਕਾਫੀ ਜ਼ਿਆਦਾ ਜਿਹੜੀਆਂ ਕੰਪਨੀਆਂ ਨੇ ਉਹ ਤੁਹਾਡੇ ਤੋਂ 30,000 ਜਾਂ 20,000 ਜਾਂ 50,000 ਰੁਪਇਆ ਐਡਵਾਂਸ ਲੈ ਲੈਂਦੀਆਂ ਨੇ ਆਪਣੀ ਫੀਸ ਅਤੇ ਤੁਹਾਡਾ ਕੇਸ ਆ ਜਿਹੜਾ ਉਹ ਅੰਬੈਸੀ ਵਿੱਚ ਲਗਾ ਦਿੰਦੀਆਂ ਨੇ ਤੁਹਾਡੀ ਕੋਈ ਐਲੀਜੀਬਿਲਿਟੀ ਨਹੀਂ ਚੈੱਕ ਹੁੰਦੀ ਉੱਥੇ ਜਸਟ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕਹਿੰਦੇ ਜੀ ਮੈਂ 10,000 'ਤੇ ਲੱਗਿਆ ਹੋਇਆ ਮੈਂ ਖੇਤੀ ਕਰਦਾ ਜਾਂ ਮੈਂ 5,000 'ਤੇ ਲੱਗਿਆ ਹੋਇਆ ਜਾਂ ਮੇਰਾ ਕੋਈ ਛੋਟਾ ਜਿਹਾ ਬਿਜ਼ਨਸ ਹੈ ਤੁਹਾਡੀ ਫਾਈਲ ਚੱਕ ਕੇ ਅੰਬੈਸੀ ਲਾ ਦਿੱਤੀ ਜਾਂਦੀ ਹੈ ਡੇਲੀ 10 ਬੰਦਿਆਂ ਦੀ ਇੱਕ ਕੰਪਨੀ ਜੇ ਫਾਈਲ ਲਾਉਂਦੀ ਹੈ ਤਾਂ 20,000 ਦੇ ਹਿਸਾਬ ਨਾਲ 2,00,000 ਰੁਪਇਆ ਡੇਲੀ ਕਮਾ ਕੇ ਜਾਂਦੇ ਨੇ ਤੁਹਾਡਾ 10 ਚੋਂ 10 ਵੀਜ਼ੇ ਰਿਫਿਊਜ਼ ਹੋ ਜਾਂਦੇ ਨੇ ਉਸ ਦੇ ਲਈ ਤੁਸੀਂ ਸਾਡੀ ਕੰਪਨੀ ਕੋਲ ਆਓ 100% ਤੁਹਾਨੂੰ ਜਿਹੜਾ ਕਿ ਵੀਜ਼ਾ ਲੈ ਕੇ ਦੇਵਾਂਗੇ ਨਾਲੇ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਇਕੱਲੀ ਪਹਿਲਾਂ ਅੰਬੈਸੀ ਫੀਸ ਲਈ ਜਾਊਗੀ ਜਿਹੜੇ ਜਿਹੜੇ ਡਾਕੂਮੈਂਟ ਤੁਹਾਨੂੰ ਅਸੀਂ ਲਿਖ ਕੇ ਦੇਵਾਂਗੇ ਸਾਨੂੰ ਉਹ ਪੇਪਰ ਪ੍ਰੋਵਾਈਡ ਕਰਵਾ ਦਿਓ ਇੱਕ ਮਹੀਨੇ ਦੇ ਵਿੱਚ ਤੁਹਾਡਾ ਰਿਜ਼ਲਟ ਆਜੂਗਾ ਨਾਲੇ 100% ਪੋਜ਼ਿਟਿਵ ਰਿਜ਼ਲਟ ਆਊਗਾ ਹੋ ਸਕਦਾ ਕੋਈ ਫਾਈਲ ਪਹਿਲਾਂ ਰਿਫਿਊਜ਼ ਹੋ ਜਾਵੇ ਦੁਬਾਰਾ ਰਿਫਿਊਜ਼ ਲੱਗ ਸਕਦਾ ਅਦਰਵਾਈਜ਼ ਨਹੀਂ ਲੱਗੇਗਾ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਸਾਡੀ ਕੰਪਨੀ ਨੂੰ ਆ ਕੇ ਜ਼ਰੂਰ ਮਿਲੋ ਥੈਂਕ ਯੂ